ਦੇਖੋ, ਐਤਕਾਂ ਦੋ ਵੱਡੀਆਂ ਸ਼ਤਾਬਦੀਆਂ ਸਤੰਬਰ ਦੇ ਮਹੀਨੇ ਇਸ ਸਾਲ ਆ ਰਹੀਆਂ ਨੇ, ਜਿਹਦੇ 'ਚ ਵਿਸ਼ੇਸ਼ ਕਰਕੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦੇ 450 ਸਾਲਾਂ ਸ਼ਤਾਬਦੀ ਹੈ। ਇੱਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਗੱਦੀ ਦਿਵਸ ਜਿਹੜਾ 450 ਸਾਲਾਂ ਸ਼ਤਾਬਦੀ ਰੂਪ 'ਚ ਉਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਸੰਪਰਦਾਵਾਂ ਔਰ ਦਮਦਮੀ ਟਕਸਾਲ ਅਤੇ ਨਾਲ ਸਮੁੱਚੀਆਂ ਸਿੱਖ ਸੰਗਤਾਂ ਦੇ ਭਰਪੂਰ ਸਹਿਯੋਗ ਦੇ ਨਾਲ ਬੜੇ ਵੱਡੇ ਪੱਧਰ 'ਤੇ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਈਆਂ ਜਾ ਰਹੀਆਂ ਨੇ। ਉਹਦੇ ਸੰਬੰਧ ਵਿੱਚ ਜਿਹੜੀ ਆਰੰਭਤਾ ਆ ਉਹ 14 ਤਰੀਕ ਨੂੰ ਵਿਸਾਖੀ ਵਾਲੇ ਦਿਨ ਜਿਹੜੀ ਆ ਉਹ ਕੀਤੀ ਗਈ ਹੈ ਗੋਇੰਦਵਾਲ ਸਾਹਿਬ, ਜਿਹਦੇ 'ਚ ਬੜੇ ਵੱਡੇ ਪੱਧਰ 'ਤੇ ਅੰਮ੍ਰਿਤ ਸੰਚਾਰ ਵੀ ਹੋਇਆ ਔਰ ਉਹਦੇ ਅੰਮ੍ਰਿਤ ਸੰਚਾਰ ਦੇ ਵਿੱਚ ਐਤਕਾਂ ਵਿਸ਼ੇਸ਼ਤਾ ਇਹ ਰਹੀ ਹੈ ਕਿ ਸਾਡੇ ਜਹੇਦਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਾਂਧੀ ਰਘਵੀਰ ਸਿੰਘ ਜੀ ਅਤੇ ਸਿੰਘ ਸਾਹਿਬ ਗਾਂਧੀ ਸੁਲਤਾਨ ਸਿੰਘ ਜੀ, ਜਹੇਦਰ ਸ੍ਰੀ ਕੇਸਗੜ੍ਹ ਸਾਹਿਬ, ਉਹਨਾਂ ਨੇ ਉਚੇਚੇ ਤੌਰ 'ਤੇ ਪੰਜ ਪਿਆਰਿਆਂ ਦੇ ਵਿੱਚ ਅੰਮ੍ਰਿਤ ਛਕਾਉਣ ਲੱਗਿਆਂ ਸੇਵਾ ਨਿਭਾਈ ਹੈ। ਔਰ ਉਹਦੇ ਨਾਲ ਦੀ ਨਾਲ ਜਿਹੜਾ ਆਰੰਭਤਾ ਦੇ ਨਾਲ ਉੱਥੇ ਦਫ਼ਤਰ ਖੋਲ੍ਹ ਦਿੱਤਾ ਗਿਆ ਸ਼ਤਾਬਦੀ ਨਾਲ ਸੰਬੰਧਿਤ 14 ਤਰੀਕ ਨੂੰ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਇਲੈਕਸ਼ਨ ਦੇ ਜੂਨ ਦੇ ਮਹੀਨੇ ਦੇ ਲੰਘਣ ਤੋਂ ਇਲੈਕਸ਼ਨ ਤੋਂ ਬਾਅਦ ਜੁਲਾਈ ਮਹੀਨੇ 'ਚ ਜ਼ਿਆਦਾਤਰ ਸੰਭਾਵਨਾ। ਇੱਕ ਉਸ ਇਲਾਕੇ ਦੇ ਜਿਹੜੇ ਪਤਵੰਤੇ ਸੱਜਣ ਨੇ, ਧਾਰਮਿਕ ਜਥੇਬੰਦੀ ਦੇ ਨੁਮਾਇੰਦੇ ਨੇ, ਕਾਰ ਸੇਵਾ ਸੰਪਰਦਾ ਮਹਾਂਪੁਰਸ਼ ਨੇ, ਜਿੰਨੇ ਮਹਾਂਪੁਰਸ਼ ਜਿੰਨੀਆਂ ਸਤਿਕਾਰ ਸ਼ਖਸੀਅਤਾਂ ਗੋਇੰਦਵਾਲ ਸਾਹਿਬ ਦੇ, ਚੋਹਲਾ ਸਾਹਿਬ ਅਤੇ ਤਰਨ ਤਾਰਨ ਇਲਾਕੇ ਦੀਆਂ ਨੇ, ਉਹਨਾਂ ਦੀ ਇੱਕ ਵਿਸ਼ੇਸ਼ ਵੱਡੀ ਇਕੱਤਰਤਾ ਜਿਹੜੀ ਹੈ ਗੋਇੰਦਵਾਲ ਸਾਹਿਬ ਕੀਤੀ ਜਾਵੇਗੀ ਉਹਨਾਂ ਦਾ ਭਰਪੂਰ ਸਹਿਯੋਗ ਲੈਣ ਵਾਸਤੇ ਔਰ ਸ਼ਤਾਬਦੀ ਨੂੰ ਚੰਗੇ ਵਧੀਆ ਢੰਗ ਦੇ ਨਾਲ ਮਨਾਉਣ ਵਾਸਤੇ ਸੁਝਾਅ ਵੀ ਲਏ ਜਾਣਗੇ। ਉਹ 'ਚ ਬੁੱਧੀਜੀਵੀ ਵਗੈਰਾ ਵੀ ਸੱਦੇ ਜਾਣਗੇ। ਉਹ ਆ ਜੂਨ ਵਾਲੀ ਇਲੈਕਸ਼ਨ ਲੰਘਣ ਤੋਂ ਬਾਅਦ ਫਿਰ ਉਹਦੀ ਤਰੀਕ ਜਿਹੜੀ ਹੈ ਨਿਰਧਾਰਿਤ ਕੀਤੀ ਜਾਵੇਗੀ, ਕਿਉਂਕਿ ਹੁਣ ਸਮੁੱਚੇ ਤੌਰ 'ਤੇ ਸਾਰਾ ਹਿੰਦੁਸਤਾਨ ਹੀ ਵਿਸ਼ੇਸ਼ ਤੌਰ 'ਤੇ ਪੰਜਾਬ ਵੀ ਇਲੈਕਸ਼ਨ ਦੇ ਵਿੱਚ ਹੈ। ਪਾਰਲੀਮੈਂਟ ਦੀ ਇਲੈਕਸ਼ਨ ਅਨਾਊਂਸ ਹੋ ਚੁੱਕੀ ਹੈ, ਉਮੀਦਵਾਰਾਂ ਦਾ ਐਲਾਨ ਹੋ ਰਿਹਾ, ਇਸ ਕਰਕੇ ਇਹਨਾਂ ਦਿਨਾਂ 'ਚ ਕੋਈ ਵੀ ਇਸ ਤਰ੍ਹਾਂ ਦੀ ਮੀਟਿੰਗ ਰੱਖਣੀ ਕਰਨੀ ਬੜੀ ਮੁਸ਼ਕਲ ਹੈ। ਸੋ ਇਹ 4 ਜੂਨ ਦਾ ਰਿਜ਼ਲਟ ਆਉਣ ਤੋਂ ਬਾਅਦ ਆ ਜੂਨ ਦੇ ਮਹੀਨੇ ਦੇ ਅਖੀਰਲੇ ਜਾਂ ਮਈ ਜੁਲਾਈ ਦੇ ਪਹਿਲੇ ਦੂਜੇ ਹਫ਼ਤੇ ਜਿਹੜੀ ਮੀਟਿੰਗ ਉੱਥੇ ਕੀਤੀ ਜਾਵੇਗੀ, ਸੁਝਾਅ ਲਏ ਜਾਣਗੇ, ਉਹਨਾਂ ਦੇ ਸਹਿਯੋਗ ਵਾਸਤੇ ਜਿਹੜੀ ਬੇਨਤੀ ਕੀਤੀ ਜਾਵੇਗੀ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਤੋਂ ਵੀ ਜਿਹੜੀ ਵੀ ਸ਼ਤਾਬਦੀ ਆਈ ਹੈ, ਚਾਹੇ ਮਹਾਨ ਸ਼ਹੀਦਾਂ ਦੀ ਆਈ ਹੈ, ਗੁਰੂ ਸਾਹਿਬਾਨ ਨਾਲ ਸੰਬੰਧਿਤ ਆਈ ਹੈ, ਚਾਹੇ 100 ਸਾਲ ਆਈ, 350 ਸਾਲ ਆਈ, ਜਿੰਨੀਆਂ ਵੀ ਸ਼ਤਾਬਦੀਆਂ ਆਈਆਂ ਨੇ, ਬਹੁਤ ਹੀ ਸਤਿਕਾਰ ਮਾਣ ਸ਼ਰਧਾ ਭਾਵਨਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੇ ਪੰਥ ਦੇ ਸਹਿਯੋਗ ਦੇ ਨਾਲ ਮਨਾਈਆਂ ਨੇ। ਇਸੇ ਤਰ੍ਹਾਂ ਹੀ ਇਹ ਵੱਡੀਆਂ ਸ਼ਤਾਬਦੀਆਂ ਨੇ ਅਤੇ ਵੱਡੀਆਂ ਸ਼ਤਾਬਦੀਆਂ ਜਿਹੜੀਆਂ ਇਸੇ ਭਾਵਨਾ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਮਨਾਈਆਂ ਜਾ ਰਹੀਆਂ ਨੇ। ਜੋ ਕਿ ਵਿਧਵਿਆਂ ਰੋਕਣ ਵਾਸਤੇ ਜਿੱਥੋਂ ਤੱਕ ਸੰਬੰਧ ਆ, ਉਹ ਤਾਂ ਹਰ ਸਿੱਖ ਹੀ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੇ ਕਾਂਡ ਨਾ ਵਾਪਰਨ, ਪਰ ਇਹ ਵਿਧਵਿਆਂ ਦੇ ਪਿੱਛੇ ਬਹੁਤ ਵੱਡੀਆਂ ਸਾਜ਼ਿਸ਼ਾਂ ਜਿਹੜੀਆਂ ਨੇ, ਪੰਥ ਵਿਰੋਧੀ ਸ਼ਕਤੀਆਂ ਜਿਹੜੀਆਂ ਨੇ, ਉਹ ਬਾਅਦ ਦਸਤੂਰ ਲੜੀਵਾਰ ਇਹ ਕੰਮ ਚੱਲ ਰਿਹਾ। ਠੀਕ ਹੈ ਕਿ ਰੌਲਾ ਬਰਗਾੜੀ ਦੇ ਇਸ਼ੂ 'ਤੇ ਬਹੁਤ ਵੱਡਾ ਰੌਲਾ ਪਿਆ ਉਹਨਾਂ ਦਿਨਾਂ ਦੇ ਵਿੱਚ, ਉਸ ਤੋਂ ਬਾਅਦ ਬੇਦਮੀਆਂ 2 ਸਰਕਾਰਾਂ ਜਿਹੜੀਆਂ ਬਦਲ ਗਈਆਂ, ਕਾਂਗਰਸ ਸਰਕਾਰ 5 ਸਾਲ ਦਾ ਰਾਜ ਕਰਕੇ ਚਲੀ ਗਈ, ਆਪ ਵਾਲੇ 2.5-3 ਸਾਲ 2-2.5 ਸਾਲ ਹੋ ਚੱਲੇ ਆ, ਪਰ ਕਿਸੇ ਵੀ ਸਰਕਾਰ ਨੇ ਸੰਜੀਦਗੀ ਦੇ ਨਾਲ ਇਹ ਮਸਲੇ ਨੂੰ ਨਹੀਂ ਟੇਕਅਪ ਕੀਤਾ ਔਰ ਇਹਦੇ ਬਾਰੇ ਬਣਦੇ ਜਿਹੜੇ ਯਤਨ ਨਹੀਂ ਕੀਤੇ, ਕਿਉਂਕਿ ਨਵੇਂ ਨਵੇਂ ਢੰਗ ਤਰੀਕੇ ਅਪਣਾ ਕੇ ਬਦਮੀ ਵਾਲੇ ਜਿਹੜੇ ਸਾਜ਼ਿਸ਼ਾਂ ਹੋ ਰਹੀਆਂ ਨੇ, ਬੜੇ ਵੱਡੇ ਪੱਧਰ 'ਤੇ ਹੋ ਰਹੀਆਂ ਨੇ, ਇਹਨੂੰ ਇੱਕਦਮ ਜੇ ਕਹੀਏ ਵੀ ਬੰਦ ਕੀਤਾ ਜਾਵੇ ਜਾਂ ਰੋਕਿਆ ਜਾਵੇ, ਰੋਕਣ ਵਾਸਤੇ ਤਾਂ ਅਪੀਲਾਂ ਜਾਂ ਪ੍ਰਚਾਰ ਮਾਧਿਅਮ ਹੁੰਦਾ, ਪਰ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਕੌਨਸਪੀਰੇਸੀ ਜਿਹੜੀਆਂ ਨੇ ਉਹ ਨਿਰੰਤਰ ਪੰਥ ਦੁਸ਼ਮਣ ਤਾਕਤਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਨਵੇਂ ਨਵੇਂ ਢੰਗ ਤਰੀਕੇ। ਤੁਸੀਂ ਹੈਰਾਨ ਹੋ ਗਏ ਕਿ ਬਟਾਲੇ ਦੇ ਲਾਗੇ ਇੱਕ ਪਿੰਡ ਆ, ਨਾਂ ਦਾ ਨਹੀਂ ਯਾਦ ਕੀ ਕਿਹੜਾ, ਉਸ ਪਿੰਡ 'ਚ ਬੇਅਦਬੀ ਹੋਈ ਗੁਰੂ ਘਰ 'ਚ ਅਤੇ ਉਹਦੇ ਵਿੱਚ 12-13 ਸਾਲ ਦੇ ਮੁੰਡੇ ਨੂੰ ਵਰਤਿਆ ਗਿਆ।
ਹੁਣ ਜਿਹੜੇ ਬੱਚੇ ਦੇ ਰਾਹੀਂ ਬੇਅਦਬੀ ਕਰਵਾਈ ਗਈ ਹੈ, ਹੁਣ ਉਹਦਾ ਕੋਈ ਆਪਣਾ ਮਿਸ਼ਨ ਨਹੀਂ ਹੈਗਾ, ਉਹ ਕੋਈ ਪਲਾਂਟਡ ਹੀ ਹੈ ਨਾ, ਕੋਈ ਉਹਦੇ ਇਹ ਕਲੀਅਰ ਹੈ ਕਿ ਉਹਦੇ ਪਿੱਛੇ ਕੋਈ ਸਾਜਿਸ਼ ਕੰਮ ਕਰ ਰਹੀ ਹੈ, ਕੋਈ ਕੌਨਸਪਿਰੇਸੀ ਕੰਮ ਕਰ ਰਹੀ ਹੈ। ਇਸ ਤਰ੍ਹਾਂ ਦੇ ਨਵੇਂ ਢੰਗ ਤਰੀਕੇ ਜਿਹੜੇ ਅਪਣਾ ਕੇ ਬੇਅਦਬੀ ਦਾ ਨਿਰੰਤਰ ਲੜੀ ਬਾਹਰ ਕੰਮ ਚੱਲ ਰਿਹਾ। ਇਹ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਵੱਡੇ ਪੱਧਰ 'ਤੇ ਇਹਨੂੰ ਕੰਟਰੋਲ ਕਰਨ ਲਈ। ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਕਾਂਗਰਸ ਦੀ ਸਰਕਾਰ 5 ਸਾਲ ਰਹੀ ਹੈ, ਆਪ ਵਾਲਿਆਂ 2-2.5 ਸਾਲ ਹੋ ਚੱਲੇ ਆ। ਇਹਨਾਂ ਦੇ ਸਮੇਂ ਦੇ ਵਿੱਚ ਵੀ ਲੜੀਵਾਰ 1-2 ਮਹੀਨੇ ਬਾਅਦ ਕਿਤੇ ਨਾ ਕਿਤੇ ਕੋਈ ਘਟਨਾ ਵਾਪਰ ਜਾਂਦੀ ਹੈ, ਪਰ ਇਹਨੂੰ ਰੋਕਥਾਮ ਵਾਸਤੇ ਸਰਕਾਰ ਨੂੰ ਵੱਡੇ ਪੱਧਰ 'ਤੇ ਯਤਨ ਕਰਨੇ ਪੈਂਦੇ ਆ। ਔਰ ਉਹਨਾਂ ਲੋਕਾਂ ਨੂੰ ਵੀ ਇਹ ਗੱਲ ਦਾ ਅਸੀਂ ਵਾਰਨਿੰਗ ਦਿੰਦੇ ਹਾਂ ਜਿਹੜੇ ਇਸ ਦੇ ਵਿੱਚ ਸ਼ਾਮਿਲ ਹੁੰਦੇ ਆ, ਕਿਸੇ ਨਾ ਕਿਸੇ ਸਾਜਿਸ਼ ਦਾ ਹਿੱਸਾ ਬਣ ਰਹੇ ਆ, ਵੀ ਉਹ ਅਕਲ ਤੋਂ ਕੰਮ ਲੈਣ। ਕਿਉਂਕਿ ਸਿੱਖਾਂ ਵਾਸਤੇ ਗੁਰਦੁਆਰਾ ਸਾਹਿਬ, ਗੁਰੂ ਘਰ, ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਸਭ ਤੋਂ ਸੁਪਰੀਮ ਹੈ, ਉਸ ਤੋਂ ਥੱਲੇ ਜੇ ਇਹਦੇ ਵਾਸਤੇ ਸਿਰ ਦਾ ਦਾਈਆ ਵੀ ਖੇਡਣ ਵਾਸਤੇ ਸਿੱਖ ਗੁਰੇਜ਼ ਨਹੀਂ ਕਰਦਾ। ਸੋ ਅਲਟੀਮੇਟਲੀ ਕਿਸੇ ਨਾ ਕਿਸੇ ਦਿਨ ਜਦੋਂ ਇਹ ਰੋਕ ਤਾਂ ਪੈਂਦੀ ਹੁੰਦੀ ਹੈ, ਪਰ ਜਿਸ ਤਰੀਕੇ ਨਾਲ ਸਾਜ਼ਿਸ਼ਾਂ ਹੋ ਰਹੀਆਂ ਨੇ ਉਹਨੂੰ ਵੱਡੇ ਪੱਧਰ 'ਤੇ ਸਰਕਾਰਾਂ ਹੀ ਇਨਵੈਸਟੀਗੇਟ ਕਰਕੇ, ਕਿਉਂਕਿ ਜਿੰਨੇ ਵੀ ਕਾਂਡ ਵਾਪਰੇ ਬੇਅਦਬੀਆਂ ਦੇ ਉਹਦੇ ਵਿੱਚ ਅਖੀਰ ਤਾਂ ਇਹੀ ਹੁੰਦਾ ਜੀ ਇਹ ਮੰਦਬੁੱਧੀ ਸੀ, ਇਹਦਾ ਦਿਮਾਗ ਕੰਮ ਨਹੀਂ ਕਰਦਾ, ਫਲਾਣਾ ਸੀ। ਇਹ ਗਰਾਊਂਡ ਇੱਕ ਨਿਰੰਤਰ ਬਣ ਚੁੱਕੀ ਗਰਾਊਂਡ ਹੈ, ਅਤੇ ਇਸ ਵਾਸਤੇ ਇੱਦਾਂ ਦੀਆਂ ਕਹਾਣੀਆਂ ਘੜਨ ਨਾਲ ਬਿਹਤਰ ਹੈ ਕਿ ਉਹਦੀ ਬੈਕਗਰਾਊਂਡ ਜਾਣ। ਕਿਸੇ ਵੀ ਹੋਈ ਬੇਅਦਬੀ ਦੀ ਇਨਵੈਸਟੀਗੇਸ਼ਨ ਪ੍ਰੋਪਰ ਸਰਕਾਰ ਵੱਲੋਂ ਅੱਜ ਤੱਕ ਨਹੀਂ ਹੋਈ, ਕਿਸੇ ਦੀ ਵੀ, ਚਾਹੇ ਛੋਟੀ ਸੀ ਜਾਂ ਵੱਡੀ ਸੀ। ਜਿਵੇਂ ਤੁਹਾਨੂੰ ਰਿਪੋਰਟ ਕੀਤਾ ਕਿ ਬੱਚਾ 12-14 ਸਾਲ ਦਾ ਬੱਚਾ ਬੇਅਦਬੀ ਕਰਦਾ, ਅਤੇ ਉਹ ਤਾਂ ਸਿੱਧਾ ਕਲੀਅਰ ਹੀ ਹੈ ਵੀ ਉਹਦੇ ਪਿੱਛੇ ਕੋਈ ਕੰਮ ਸਾਜਿਸ਼ ਕੰਮ ਨਹੀਂ, ਉਹਦਾ ਆਪਣਾ ਇੰਟਰਸਟ ਹੈ ਨਹੀਂ, ਵਿਚਾਰਾ ਬੱਚਾ ਸ਼ਾਇਦ ਸਕੂਲ ਜਾਂਦਾ ਕਿ ਨਹੀਂ ਜਾਂਦਾ, ਪੜ੍ਹਦਾ ਕਿ ਨਹੀਂ ਪੜ੍ਹਦਾ। ਪਰ ਇਸ ਲੈਵਲ ਤੱਕ ਗਿਰਾਵਟ ਆ ਚੁੱਕੀ ਹੈ, ਉਹਦਾ ਕਾਰਨ ਕੇਵਲ ਇਹ ਹੈ ਕਿ ਸਰਕਾਰਾਂ ਇਸ ਮਸਲੇ 'ਤੇ ਬਹੁਤ ਬੁਰੀ ਤਰ੍ਹਾਂ ਫੇਲ ਹੋਈਆਂ ਨੇ, ਇਨਵੈਸਟੀਗੇਸ਼ਨ ਕੀਤੀ ਨਹੀਂ ਜਾ ਰਹੀ, ਉਹਦੇ ਪਿਛੋਕੜ ਵੱਲ ਨੂੰ ਸਰਕਾਰਾਂ ਤੋਰਦੀਆਂ ਵੀ ਕੌਣ ਇਹਦੇ ਪਿੱਛੇ ਕੰਮ ਕਰਦੀਆਂ ਤਾਕਤਾਂ ਨੇ। ਪਤਾ ਜੇ ਪਤਾ ਲੱਗ ਵੀ ਜਾਵੇ ਤਾਂ ਉਹਨੂੰ ਨਸ਼ਰ ਨਹੀਂ ਕੀਤਾ ਜਾਂਦਾ, ਤਾਂ ਇਨਵੈਸਟੀਗੇਸ਼ਨ ਹੀ ਨਹੀਂ ਹੁੰਦੀ। ਇਸ ਕਰਕੇ ਸਰਕਾਰ ਨੂੰ ਹਰ ਹਾਲ 'ਤੇ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ, ਸਖ਼ਤ ਐਕਸ਼ਨ ਲੈਣੇ ਚਾਹੀਦੇ ਆ। ਇਹਦੇ ਸੰਬੰਧ 'ਚ ਕਾਨੂੰਨ ਹੈ, ਕਾਨੂੰਨ ਵੀ ਬੜੇ ਸਖ਼ਤ, ਸਟੇਟ ਲੈਵਲ 'ਤੇ ਵੀ ਅਤੇ ਸੈਂਟਰਲ ਲੈਵਲ 'ਤੇ ਵੀ ਕਾਨੂੰਨ ਸਖ਼ਤ ਬਣਨੇ ਚਾਹੀਦੇ ਆ। ਕਿਉਂਕਿ ਸੁਪਰੀਮ ਕੋਰਟ ਦੀ ਜਜਮੈਂਟ ਆ ਗੁਰੂ ਗ੍ਰੰਥ ਸਾਹਿਬ ਸੰਬੰਧ ਵਿੱਚ ਕਿ ਲਿਵਿੰਗ ਗੁਰੂ ਨੇ, ਅਤੇ ਲਿਵਿੰਗ ਗੁਰੂ ਦੇ ਸੰਬੰਧ ਜੋ ਉਹਨਾਂ ਦਾ ਕਾਨੂੰਨ IPC ਕਹਿੰਦੀ ਹੈ ਉਹਦੇ ਮੁਤਾਬਕ, ਜੇ ਕੋਈ ਨਰਮਤਾ ਹੈ, ਹੁਣ ਅਮੈਂਡਮੈਂਟ ਹੋਈਆਂ ਨੇ ਕਾਨੂੰਨ ਦੇ ਸਜਾਵਾਂ ਦੇ ਸੰਬੰਧ 'ਚ, ਇਸ ਸਰਕਾਰ ਨੇ ਕੀਤੀਆਂ ਨੇ ਨਾ, ਅਤੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਸੰਬੰਧ 'ਚ ਕਿਉਂ ਨਹੀਂ ਹੋ ਸਕਦੀ? ਜਿਹੜੇ ਲੋਕ ਧਾਰਮਿਕ ਜਜ਼ਬਾਤਾਂ ਦੇ ਨਾਲ ਖਿਲਵਾੜ ਕਰਦੇ ਆ,